ਅਸੀਂ ਉਧਰੋਂ ਗੋਹਾ ਕੂੜਾ ਕਰਕੇ ਹਟਦੇ ਆ, ਇਧਰੋਂ ਅਸੀਂ ਹੀਰੋ ਆ ਜਾਂਦੇ ਆ। ਅਸੀਂ ਝਾਂਦੇ ਵੀ ਨਹੀਂ। ਅੱਜ ਬੜੀ ਮਜਬੂਰੀ ਚ ਨਵਾਇਆ, ਕਹਿੰਦੇ ਸੀ ਨੀ ਏਦਾਂ ਦਾ ਸਾਫ ਸੁਥਰਾ, ਫਿਰ ਨਵੇਂ ਲੀੜੇ ਪਾਏ ਆ, ਨਵੇਂ ਲੀੜੇ ਪਾ ਕੇ ਨਹਾ ਕੇ ਬੈਠਾ। ਚੜ੍ਹਦੇ ਪੰਜਾਬ ਚੋਂ ਦਰਿਆ ਚ ਰੁੜ ਕੇ ਪਰਾਉਣੇ ਆਏ ਆ, ਉਹ ਫਿਰ ਹੁਣ ਅੱਗੇ ਸੀਨ ਚੱਲੂ। ਪਰ ਸਟੋਰੀ ਲੀਕ ਨੀ ਕਰਨੀ। ਇੱਕ ਚੈਨਲ ਆ ਲਿਆ ਯੂਟਿਊਬ ਤੇ, ਉਹ ਕਹਿੰਦੇ ਜੀ 8 ਦਿਨ ਰਹਿ ਕੇ ਦੁਨੀਆ ਖਤਮ ਹੋ ਜਾਣੀ, ਹਰ ਸ਼ੇ ਤਬਾਹ ਹੋ ਜਾਣੀ ਹੈ। ਅਖੀਰ ਤੇ ਕਹਿੰਦਾ ਮੇਰਾ ਚੈਨਲ ਸਬਸਕ੍ਰਾਈਬ ਕਰੋ। ਜਿੱਧਰ ਨੂੰ ਬੰਦੇ ਦਾ ਦਿਲ ਕਰਦਾ ਉਧਰ ਨੂੰ ਘੁਮਾ ਦਿੰਦਾ, ਕੈਮਰੇ ਨੂੰ ਹੱਥ ਨੀ ਲਾਉਂਦਾ, ਐਸਾ ਜਾਦੂ। ਜੇ ਪੰਜਾਬੀ ਲਹਿਰ ਤੇ ਮੈਂ ਆਇਆ ਤੇ ਗਾਂ ਤੁਹਾਡੇ ਤੱਕ ਪਹੁੰਚਿਆ, ਬਾਈ ਗੁਰਚੇਤ ਰਾਸ਼ਦ ਸਾਹਿਬ ਵਰਗੇ ਅਦਾਕਾਰਾਂ ਨਾਲ ਅੱਜ ਮੈਨੂੰ ਮਿਲਣ ਦਾ ਇਹ ਬਹਾਨਾ ਬਣਿਆ। ਇਹ ਸ਼ਖਸੀਅਤ ਜਿਹੜੀ ਬੈਠੀ ਤੇ ਨਾਸਰ ਢਿੱਲੋਂ ਸਾਹਿਬ, ਇਹਨਾਂ ਦੀ ਵਜ੍ਹਾ ਤੋਂ ਮੈਂ ਇੱਥੇ ਤੱਕ ਪਹੁੰਚਿਆ। ਤੇ ਉਹ ਚਤਰੋਲ ਸਿੰਘ ਕਾਰੀਗਰ ਸਾਹਿਬ ਦੇ ਨਾਲ ਵੀ ਜੇ ਅਸੀਂ ਮੁਲਾਕਾਤ ਸਾਡੀ ਹੋਈ ਹੈ, ਤੇ ਇਹ ਵੀ ਨਾਸਰ ਢਿੱਲੋਂ ਦੀ ਵਜ੍ਹਾ ਤੋਂ। ਆਬੂ ਜੀ ਇੱਥੇ ਆਏ। ਅਸਲਾਮ ਅਲੈਕੁਮ ਸਾਰੇ ਦੋਸਤਾਂ ਨੂੰ, ਸਤਿ ਸ੍ਰੀ ਅਕਾਲ। ਮੈਂ ਨਾਸਰ ਢਿੱਲੋਂ ਅੱਜ ਦਾ ਇੱਕ ਹੋਰ ਦਿਨ ਇੱਕ ਹੋਰ ਬੁਲਾਵ ਦੇ ਨਾਲ ਤੁਹਾਡੇ ਰੂਬਰੂ ਹਾਂ। ਮੈਂ ਫੈਸਲਾਬਾਦ ਸਰਹੱਦੀ ਆ ਗਏ ਸਾਂ, ਪ੍ਰਾਹੁਣੇ ਸਾਰੇ ਅੰਜਮਲ ਸੀ ਤੇ ਅੱਜ ਫਿਰ ਉੱਧਰ ਨੂੰ ਜਾਣ ਡਿਆ। ਫਿਲਮ ਸਾਡੀ ਸ਼ੂਟਿੰਗ ਦਾ ਦੂਸਰਾ ਤੀਸਰਾ ਦਿਨ ਚੱਲਣ ਡਿਆ, ਤੇ ਲਾਹੌਰ ਤੋਂ ਵੀ ਕੁਛ ਆਰਟਿਸਟ ਰਾਸ਼ਦ ਮਹਿਮੂਦ ਸਾਹਿਬ, ਤੁਸੀਂ ਵੇਖਿਆ ਹੈਗਾ ਪੰਜਾਬੀ ਫਿਲਮਾਂ ਦੇ ਵਿੱਚ, ਉਹਨਾਂ ਨੂੰ ਉਹ ਵੀ ਆ ਰਹੇ ਨੇ, ਜੁਆਇਨ ਕਰ ਰਹੇ ਨੇ। ਸੋ ਅੱਜ ਦਾ ਵਲੌਗ ਫਿਰ ਉੱਥੇ ਘੁੰਮੇਗਾ, ਸ਼ੂਗਰ ਮੇਲਾ ਵੀ ਲਾਵਾਂਗੇ ਨਾਲ ਦੇ ਨਾਲ, ਹੋ ਕੀ ਰਿਹਾ ਇਹ ਵੀ ਤੁਹਾਨੂੰ ਆਵਾਂਗੇ। ਚੱਲਦੇ ਹਾਂ ਆਪਾਂ ਫਟਾਫਟ ਨੂੰ ਪਹਿਲਾਂ ਅੰਜਮ ਕੋਲ, ਫਿਰ ਅਗਲੀ ਲੋਕੇਸ਼ਨ ਤੇ ਵੀ ਜਾਣਾ। ਕੱਪੜੇ ਨਵੇਂ ਪਾਏ ਉਹ ਗੱਦੇ ਆ ਵੇ ਯਾਰ, ਉਹ ਖਾਲਾ ਤੇ ਟਰੈਕਟਰ ਤੇ ਲੱਗ ਕੇ ਉਤਰੇ ਨਵੇਂ ਕੱਪੜੇ ਬੜੇ ਪਿਆ ਨੇ ਛੋਟੇ ਦਾ। ਸਲਾਮ ਵਾਲੇਕਮ ਸਲਾਮ, ਸਤਿ ਬਿਸਮਿਲ੍ਲਾ ਜੀ ਆਇਆਂ ਨੂੰ। ਜੋਈਆ ਸਾਹਿਬ ਚਲੇ ਗਏ? ਹਾਂਜੀ, ਇੱਥੋਂ ਚੜ੍ਹਦੇ ਪੰਜਾਬ ਚੋਂ ਸਰਦਾਰ ਉੜ ਕੇ ਆਏ ਦਰਿਆ ਚ, ਉਹ ਤੁਹਾਨੂੰ ਮਿਲਾਉਂਦੇ ਆ ਦਰਿਆ ਚ ਰੁੜ ਕੇ ਆਏ ਆ। ਹਾਂਜੀ, ਸਾਡੇ ਕੋਲ ਪੱਠੇ ਪਾਉਣ ਨੂੰ ਸਾਂਝੀ ਬੰਦਾ ਨਹੀਂ ਸੀ, ਅੱਜ ਫਿਰ ਇਹਨਾਂ ਨੂੰ ਰੱਖ ਲਿਆ ਅੱਗਾ ਪੱਕਾ ਰੱਖ। ਲਓ ਜੀ ਮਲੂਦ ਆਏ ਤੁਹਾਡੇ ਵਾਸਤੇ। ਬਿਸਮਿਲ੍ਲਾ 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 ਬਿਸਮਿਲ੍ਲਾ। ਹੋਰ ਜੀ ਕੈਸੇ ਹੋ? ਪਹਿਲੇ ਜੀ ਸੋਡਾ ਸਾਰਾ ਨਿਬੇੜ ਦਿਆਂ ਅਸੀਂ ਇੰਨੀਆਂ ਫਿਲਮਾਂ ਬਣਾਈਆਂ ਜੀ, 300 ਦੇ ਲਾਗੇ ਫਿਲਮਾਂ ਬਣਾ ਤੀਆਂ ਸਾਡੀਆਂ ਪੰਜਾਬੀ ਲਹਿਰ ਦੇ ਉੱਤੇ। ਦੇਖੋ ਅਸੀਂ ਇੱਕ ਦੇ ਵਿੱਚ ਮੇਕਅਪ ਨਹੀਂ ਕੀਤਾ, ਤੇ ਆਹ ਦੇਖ ਲਾ ਵੀ ਚੜ੍ਹਦੇ ਵਾਲਿਆਂ ਕੋਲ ਇੱਕ ਵੀ ਫਿਲਮ ਮੇਕਅਪ ਤੋਂ ਬਗੈਰ ਨਹੀਂ ਬਣਦੀ। ਹਾਂ, ਅਸੀਂ ਉਧਰੋਂ ਗੋਹਾ ਕੂੜਾ ਕਰਕੇ ਹਟਦੇ ਆ, ਇਧਰੋਂ ਅਸੀਂ ਹੀਰੋ ਆ ਜਾਂਦੇ। ਅਸੀਂ ਝਾਂਦੇ ਵੀ ਨਹੀਂ। ਅੱਜ ਬੜੀ ਮਜਬੂਰੀ ਚ ਨਵਾਇਆ, ਕਹਿੰਦੇ ਸੀਨ ਹੀ ਏਦਾਂ ਦਾ ਸਾਫ ਸੁਥਰਾ, ਫਿਰ ਨਵੇਂ ਲੀੜੇ ਪਾਏ ਆ, ਨਵੇਂ ਲੀੜੇ ਪਾ ਕੇ ਨਹਾ ਕੇ ਬੈਠਾ। ਚੜ੍ਹਦੇ ਪੰਜਾਬ ਚੋਂ ਦਰਿਆ ਚ ਰੁੜ ਕੇ ਪਰਾਉਣੇ ਆਏ, ਉਹ ਫਿਰ ਹੁਣ ਅੱਗੇ ਸੀਨ ਚੱਲੂ। ਪਰ ਸਟੋਰੀ ਲੀਕ ਨਹੀਂ ਕਰਨੀ। ਦੱਸ ਦਿੱਤੀ ਹੈ ਇਹ ਗਾਣਾ, ਦੱਸਿਓ ਬਈ ਅਜੇ ਫਿਲਮ ਆਣੀ ਹੈ ਸਾਡੀ। ਲੈ ਗਾਣਾ ਦੱਸੇ। ਮੈਂ ਉਹ ਦੱਸ ਰਿਹਾ ਵੀ ਗਾਂ ਹਜੇ ਨਾ ਦੱਸਿਓ। ਠੀਕ ਹੈ, ਹਾਂ ਗਾਂ ਕਿਸੇ ਨੂੰ ਦੱਸਿਓ, ਗਾਣਾ ਕਿਸੇ ਨੂੰ ਦੱਸਿਓ, ਇਹ ਤੇ ਫਿਲਮ ਲੀਕ ਆਊਟ ਹੋ ਜਾਂਦੀ। ਵਲੌਗ ਤਾਂ ਮੈਂ ਸ਼ੇਅਰ ਕਰ ਦੋ। ਲਓ ਜੀ, ਅੱਜ ਸਾਡੀ ਫਿਲਮ ਦਾ ਦੂਸਰਾ ਦਿਨ ਆ।
ਤੇ ਅੱਜ ਈਦ ਦਾ ਪੰਜਵਾਂ ਦਿਨ ਆ ਤੇ ਅਸੀਂ ਫਿਲਮ ਬਣਾ ਰਹੇ ਆ ਅੱਜ ਐਸ ਐਚ ਓ ਸਾਹਿਬ ਤਿਆਰ ਹੋ ਰਹੇ ਆ ਪਟੀਨਾ ਭਰ ਰਹੇ ਆ ਇਧਰੋਂ ਦਿਖਾ ਲਿਆ ਨਾ ਨਾਸਰ ਢਿੱਲੋਂ ਦੀ ਪਟੀਨਾ ਭਰ ਹੋ ਰਹੀ ਆ ਹਾਂਜੀ ਤੇ ਇਹ ਮੇਕਅਪ ਕਰ ਰਿਹਾ ਜੀ ਈਦ ਦਾ ਕਿੰਨਾ ਦਿਨ ਈਦ ਦਾ ਪੰਜਵਾਂ ਤੇ ਬਹੁਤ ਚੰਗਾ ਇਧਰ ਦਿਖਾ ਮੇਰਾ ਬਲਕਿ ਹਵਾ ਚੱਲਦੀ ਦਿਖਾਈ ਇੱਕ ਵਾਰੀ देखो जी हवा चल रही है ऐसे बदल हुए हैं अल्लाह सियाने कहते हैं जो कणक पक्या हो ना सोने की कणी भी ना पवे तो अल्लाह की दात मीह ना पावे कणक पक्या हुई तो इसका दाणा दाणा कट्ठा करना होंगे अनाज या रिजक जिमीदारा ने कट्ठा करना मुल्तान के सुनया भी गड़े पे हैं तो कई कले में रोग पै गया भी बेचार जिमीदारा का उत्थे की बनया होना तो अज साडे इत्थे बदल चढ़िया रब खैर करे उंज सोहना मौसम बड़ा होया है जिधर बंदा उधर कैमरा घुमा दिंदा एडा कारीगर बंदा माशाल्लाह बैरंग आए बैरंग घुमांदा कैमरा जिधर बंदे का दिल करदा उधर घुमा दिंदा कैमरे नूं हाथ नहीं लांदा ऐसा जादू एक साडे अदाकार आ रहे जी साडे पाकिस्तान दे नामिनेट अदाकार इस टाइम पक्की उम्र दे विच ते वाह ओ खास उम्र पक्की उम्र तशरीफ लैके आ रहे यार मैं गल कर जदों साडे कोल तशरीफ लैके आ रहे असीं फिल्म दे विच ओह वी आ मैं कहना मैं पंजाबी लहर दा बहुत शुक्र गुजार हाँ कि बड़े बड़े वे अदाकारा मैं काम करने का मौका मिले तो अज मैं तो इस बलाग के एक दूंगा हैरानी हाँ सरप्राइज देवे एक वो थोड़ी देर तक देने बल्कि देना की है जा करो स्टील का बटन लैके नहीं 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 ये चलन दे मुंडा गया लैं भी चला ने उधर दिखा कैमरा दिखा मेहमान है दिखा क्या मैं जो तुम अदा कर रहा जिक्र माशाल्लाह साडे कोल है बड़े वड्डे अदाकार हैं जी तेरी शक्ल में पहचान ली है पहचान ली है तेरी तेरी सारिया बड़े वड्डे साडे पाकिस्तान दे नंबर वन अदाकार हैं जी ते ओ कहंदे जी मैं तेरी शक्ल पहचान ली मेरे वास्ते बड़े इज्जत दी गल्ल आ मेरी पसंद अपनी मेरे अपनी मां बोली का बड़ा प्यार है दुनिया सारी पढ़ लिख भी गए बोली मैं उर्दू सब कैरियर चो यार मेरा दिल खुश हो गया बिलकुल मौसम बहुत चंगा मेरा आए है मैगजीन काम किया अमेरिका तो एक टॉम क्रूज के स्कूल का स्टूडेंट है उसका गला बनाता प्रोजेक्ट जी उसका काम चल रहा है आज भी बैठा मेरे उन्होंने मैंने कहा बेटा यार तो आज भी मैं छुट्टी दे क्या कह रहा हूँ सारी टीम की छुट्टी करा के और कल तो जाओ मैं तो पांच छह दिन उनका काम करा के वाह वाह सारे तुझे करो ही नाल काम करो मैं जी
ਉਹਨਾਂ ਦਾ ਫੁੱਲ ਦਾ ਟਾਈਮ ਵੀ ਹੁੰਦਾ ਉਹਨਾਂ ਦਾ ਸਾਰੇ ਦਾ ਸਾਰਾ ਕੁਝ ਉਹ ਲੌਂਗ ਲਾਈਫ ਦੀ ਲੌਂਗ ਲਾਈਫ ਕੰਟੈਂਟ ਹੁੰਦੇ ਨੇ ਜਿਹੜੇ ਹੋਣਗੇ ਉਹੀ ਹੋਣਗੇ ਵੈਰੀ ਗੁੱਡ ਹਾਂਜੀ ਪਛਾਣ ਦੇ ਵਿੱਚ ਸਾਡੇ ਨਾਸਰ ਢਿੱਲੋਂ ਸਾਹਿਬ ਬੈਠੇ ਆ ਜੀ ਜੇ ਪੰਜਾਬੀ ਲਹਿਰ ਤੇ ਮੈਂ ਆਇਆ ਤੇ ਗਾਂ ਤੁਹਾਡੇ ਤੱਕ ਪਹੁੰਚਿਆ ਬਾਈ ਗੁਰਚੇਤ ਰਾਸ਼ਦ ਸਾਹਿਬ ਵਰਗੇ ਅਦਾਕਾਰਾਂ ਨਾਲ ਅੱਜ ਮੈਨੂੰ ਮਿਲਣ ਦਾ ਇਹ ਬਹਾਨਾ ਬਣਿਆ ਆਹ ਸ਼ਖਸੀਅਤ ਜਿਹੜੀ ਬੈਠੀ ਦੇ ਨਾਸਰ ਢਿੱਲੋਂ ਸਾਹਿਬ ਇਹਨਾਂ ਦੀ ਵਜ੍ਹਾ ਤੋਂ ਮੈਂ ਇੱਥੇ ਤੱਕ ਪਹੁੰਚਿਆ ਤੇ ਉਹ ਚਤਰੋਲ ਸਿੰਘ ਕਾਰੀਗਰ ਸਾਹਿਬ ਦੇ ਨਾਲ ਵੀ ਜੇ ਅਸੀਂ ਮੁਲਾਕਾਤ ਸਾਡੀ ਹੋਈ ਹੈ ਤੇ ਇਹ ਵੀ ਨਾਸਰ ਢਿੱਲੋਂ ਦੀ ਵਜ੍ਹਾ ਬਾਬੂ ਜੀ ਇੱਥੇ ਆਏ ਮੇਰੇ ਬਾਪੂ ਜੀ ਵੀ ਮੈਨੂੰ ਬੜਾ ਚੰਗਾ ਲੱਗਿਆ ਯਾਰ ਇਹ ਸਾਰੀਆਂ ਮੇਰੀਆਂ ਸਹੇਲੀਆਂ ਮੇਰੇ ਨਾਲ ਨੇ ਸਾਰੇ ਦੇ ਸਾਰੇ ਇਹਨਾਂ ਦੇ ਉੱਤੇ ਅਨੀਤਾ ਫਲਾ ਉਹਦਾ ਮੀਆਂ ਸਾਰੇ ਦੇ ਸਾਰੇ ਪੂਰੇ ਮੇਰੇ ਯਾਰ ਤੇ ਫਿਰ ਜਿਹੜੇ ਤੁਹਾਡੇ ਉੱਧਰ ਵੈਸੇ ਉੱਥੋਂ ਦੇ ਕੋਈ ਲਿਟਰੇਰੀ ਲੋਕ ਵੀ ਆਉਂਦੇ ਨੇ ਢਿੱਲੋਂ ਉਹ ਵੀ ਸਾਰੇ ਪਿਆਰ ਵਾਲੇ ਜੀ ਹੈਗੇ ਨੇ ਕਿਉਂਕਿ ਮੈਂ ਪੰਜਾਬੀ ਦਾ ਬੜਾ ਵੱਡਾ ਸੇਵਕ ਵੀ ਹੈਗਾ ਮੇਰਾ 18 ਤਰੀਕ ਨੂੰ ਫਿਰ ਪੁੱਛੇਗਾ ਖਾਲਿਦ ਮਸੂਦ ਕਾਮੇਡੀ ਸ਼ਾਇਰ ਵੀ ਹੈ ਅੱਬਾ ਕਾਂ ਸਲੱਬਾ ਤਾਂ ਬੜੀ ਮਸ਼ਹੂਰ ਨਜ਼ਮ ਹੈ ਉਹ ਵਾਲਾ ਤੇ ਮੈਂ ਤੇ ਫਿਰ ਬੋਰਡ ਆਫ ਗਵਰਨਰ ਵੀ ਥੋੜੇ ਲੇਕਿਨ ਜਿਹੜਾ ਅਸੀਂ ਕੰਮ ਕਰਦੇ ਹਾਂ ਉਹ ਦੱਸਦੇ ਨਹੀਂ ਬਿਊਰੋਕਰੇਟ ਗੱਲ ਤਾਂ ਤੁਸੀਂ ਜਾਣਦੇ ਕੋਈ ਨਹੀਂ ਮੈਨੂੰ ਦੱਸਣਾ ਪੈਂਦਾ ਆਪਣਾ ਇਹ ਤੁਸੀਂ ਸਾਰੇ ਦੁਨੀਆਂ ਜਾਣੇ ਜਾਂਦੇ ਹੋ ਰੱਬ ਦਾ ਅਹਿਸਾਨ ਫਿਰ ਮਾਂ ਬੋਲ ਨਾਲ ਦਿਆ ਕਿਹਾ ਸਭ ਜਾਣੇ ਆ ਮੇਰੇ ਬਾਪ ਮੈਂ ਕਹਿੰਦਾ ਸਾਰੀ ਜ਼ਿੰਦਗੀ ਇਹ ਗੱਲ ਮੈਨੂੰ ਯਾਦ ਰਹਿਣੀ ਆ ਵੀ ਐਡੇ ਵੱਡੇ ਅਦਾਕਾਰ ਨੇ ਮੈਨੂੰ ਜਾਰੀ ਦਾ ਫਜ਼ਾਦ ਤੋਂ ਵੀ ਪਛਾਣੀ ਤੇ ਮੈਂ ਵੀ ਦੱਸਾਂ ਨਾਲ ਇਹ ਸਾਡੀ ਖਰਾਕ ਚੰਗੀ ਹੈ ਜੀ ਤਾਂ ਵਾਲ ਕਾਲੇ ਜੋ ਗੱਲਾਂ ਗੁੱਲਾਂ ਕਰ ਰਹੇ ਉਸ ਆਪਣੀ ਟਿੰਚ ਦਾ ਪਤਾ ਲੱਗਦਾ ਯਾਰ ਕੋਈ ਪੰਜਾਬੀ ਪੰਜਾਬੀ ਬੋਲ ਰਿਹਾ ਸੀ ਜਦੋਂ ਤੁਸੀਂ ਆਏ ਨੀ ਸੀ ਕਹਿੰਦਾ ਸਾਨੂੰ ਇੱਕ ਪੱਕਾ ਬਾਬਾ ਆ ਰਿਹਾ ਤੁਹਾਡੀ ਵਜ੍ਹਾ ਤੋਂ ਮਿਲਿਆ ਤੇ ਕਿਵੇਂ ਰੱਖ ਲਵਾ ਗੱਡੀ ਚ ਫਿਰ ਮੈਂ ਗੱਡੀ ਚ ਰੱਖ ਲਵਾ ਫਿਰ ਸੋਹਣੀ ਲੱਗੀ ਹੈ ਮਾਸ਼ਾਅੱਲਾ ਦੇਖੋ ਬੇਟਾ ਉਧਰ ਦੇਖੋ ਦੇਖੋ ਬੇਟਾ ਆਪ ਵੀ ਉਧਰ ਦੇਖੋ ਬਾਬਾ ਜੀ ਤੁਹਾਨੂੰ ਦੇਖੋ ਨਾਸਰ ਢਿੱਲੋਂ ਸਾਹਿਬ ਜੀ SHO ਬਣੇ ਆ ਜੀ ਤੇ ਮੈਂ ਕਰਨਲ ਬਣਿਆ ਜੀ ਫਿਲਮ ਬੜੀ ਦੇਖਣ ਵਾਲੀ ਅੱਗੇ ਤੁਹਾਨੂੰ ਸਟੋਰੀ ਤੇ ਪਤਾ ਲੱਗ ਗਈ ਨਹੀਂ ਤਾਂ ਪਹਿਲਾਂ ਤਾਂ ਕੁੱਟ ਪੈਣੀ ਹੈ ਪਹਿਲਾਂ ਮੈਨੂੰ ਪੈਣੀ ਹੈ ਫਿਰ ਮੈਂ ਅੱਗੇ ਲਾ ਕੇ ਉਹਦੇ ਨਾਲ ਅੱਛਾ ਜੀ ਮੈਂ SHO ਸਾਹਿਬ ਤੁਹਾਡੀ ਫੌਜ ਕਿੱਥੇ ਕਿਹੜੀ ਫੌਜ ਆਰਮੀ 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 ਤਿਆਰ ਹੋ ਆਰਮੀ ਨੂੰ ਬੁਲਾਓ ਬੜੀ ਇੱਜ਼ਤ ਨਾਲ ਛੱਡਤੀ ਸੀ ਫਿਰ ਕਾਰੋਬਾਰ
ਜੋ ਹੁਣ ਹਾਲ ਹੋਇਆ ਉਹਨਾਂ ਦਾ ਮੇਰੇ ਤੁਹਾਡੇ ਉਮਰ ਸ਼ੇਖ ਸਾਹਿਬ ਮੇਰੇ ਯਾਰ ਡੋਗਰ ਸਾਹਿਬ ਮੇਰੇ ਯਾਰ ਕਰਿਆਨਾ ਸਾਹਿਬ ਮੇਰੇ ਯਾਰ ਸ਼ਹਿਜ਼ਾਦਾ ਸਾਹਿਬ ਜਿਹੜੇ ਤੁਹਾਡੇ ਇੰਟਰੀਗੇਸ਼ਨ ਵਾਲਾ ਹੈਗਾ ਉਹ ਹਾਂ ਉਹ ਮੇਰਾ ਯਾਰ ਇਹ ਸਾਰੇ ਦੇ ਸਾਰੇ ਮੇਰੇ ਪਿਆਰ ਵਾਲੇ ਜੀ ਨੇ ਔਰ ਮੈਂ ਹਾਲਾਂਕਿ ਮੇਰੀ ਮੇਰੀ ਥੋੜ੍ਹੀ ਥੋੜ੍ਹੀ ਘੱਟ ਉਮਰ ਹੈ ਮੈਨੂੰ ਕਹਿਣਗੇ ਤੁਹਾਨੂੰ ਸੁਸਤ ਕਰੇ ਉਸਮਾਨ ਸਾਹਿਬ ਚਿੱਟੇ ਵਾਲ ਨੇ ਤਾਂ ਭੈਣ ਤੁਹਾਨੂੰ ਤੁਸੀਂ ਬਚਪਨ ਪਾਤਾ ਕਿ ਮੈਂ ਐਡਾ ਵੀ ਨਹੀਂ ਪਾਤਾ ਗੱਲ ਕਰਦੇ ਹਾਂ ਚੜਦੇ ਤੇ ਲਹਿੰਦੇ ਨੂੰ ਮਿਲਾਣਾ ਸ਼ੁਰੂ ਕੀਤਾ ਫਿਰ ਇਹਨਾਂ ਨੂੰ ਨੌਕਰੀ ਛੱਡਣੀ ਪਈ ਪਰ ਮੈਂ ਕਹਿੰਦਾ ਇਹ ਨੌਕਰੀ ਵੱਡੀ ਦਿੱਤੀ ਇਹਨਾਂ ਨੇ ਜਿਹੜੀ ਇਹ ਨੇਕੀ ਕੀਤੀ ਵੀ ਲੋਕਾਂ ਨੂੰ ਮਿਲਾਇਆ ਆਪਸ ਚ ਵਿਛੜਿਆ ਹੋਇਆ ਨੂੰ ਅਸਲੀ ਤਾਂ ਬਣਾ ਨੀ ਦਿੰਦੇ ਇਹਨਾਂ ਨਾਲ ਤਾਂ ਬਣਾਈਏ ਨਾ ਜੀ ਅੱਜ ਗੱਲ ਕਰ ਗੱਲਾਂ ਬਾਤਾਂ ਹੋ ਰਹੀਆਂ ਜੀ ਹਵਾ ਚੱਲ ਰਹੀ ਹੈ ਬੱਦਲ ਦਿਖਾ ਬੱਦਲ ਦਿਖਾ ਦੇ ਬੱਦਲ ਦੇਖ ਕੈਸੇ ਹੋਏ ਹੋਏ ਤੇ ਕਿੱਡੇ ਕਿੱਡੇ ਵੱਡੇ ਅਦਾਕਾਰ ਔਨ ਡਿਊਟੀ ਮੌਕੇ ਤੇ ਸਾਡੇ ਪੋਸਟ ਹੋ ਗਏ ਚੱਲ ਲਵੀ ਦੋਸਤੋ ਅੱਜ ਦਾ ਵਲੋਗ ਜਿਹੜਾ ਵਾਹਵਾ ਲੰਮਾ ਹੋ ਗਿਆ ਸ਼ੂਟ 'ਚ ਚੱਲਦਿਆਂ ਚੱਲਦਿਆਂ ਅੱਜ ਲੰਮੀ ਸਾਂਝ ਪੈ ਗਈ ਵਲੋਗਾਂ ਦੀ ਅਤੇ ਇੱਧਰ ਅਫਸਰ ਬੈਠੇ ਆ ਇੱਧਰ ਮੁਤਹਿਤ ਬੈਠੇ ਆ ਉਹ ਉੱਧਰ ਰਸ਼ ਸਾਹਿਬ ਬੈਠੇ ਆ ਉਹ ਫੌਜੀ ਸਾਹਿਬ ਬੈਠੇ ਆ ਰਸ਼ ਸਾਹਿਬ ਨਾਲ ਬੈਠੇ ਆ ਅਤੇ ਓਏ ਉੱਠੋ ਤਾਂ ਮੁੰਡੇ ਤੁਸੀਂ ਅਫਸਰਾਂ ਦੇ ਸਾਹਮਣੇ ਬਹਿ ਕੇ ਲਾ ਗਏ ਉੱਠੋ ਤੁਹਾਡੀ ਅਫਸਰਾਂ ਦੇ ਸਾਹਮਣੇ ਬਹਿ ਕੇ ਵੇਖੋ ਯਾਰ ਫੇਰ ਬੈਠਣ ਲੱਗਾ ਆਪਣਾ ਅਗਲੇ ਵਲੌਗ 'ਚ ਸਾਂਝ ਕਰ ਲੈਂਦੇ ਮਿਲਦੇ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਸਭ ਰੱਖ